इंग्लिश वाले मेरे तो क्या गोरे भाइयों के लिए, हम गोरे भाइयों के लिए थोड़ी इंग्लिश बोल रहे हैं, नहीं हिंदू क्या बोल रही पब्लिक, गौर भाइयों के लिए इंग्लिश बोल रहे इंग्लिश बंटाई। चलो भाई आज मुंडे रेडी हो गए ने, आप चले किथे हो? आप चले बर्फ वेखन चले जिथे मिल गई, जे नैनीताल तो उत्ते मिल गई उत्ते चल चलांगे, जे थले मैं कोशिश करांगा इन्हां नूं राह चो बर्फ दवा के वापस आ जां, इन्हां नूं एक एक सिल्ली दवा दांगा सब नूं अलग 200 रुपए दी। नहीं यार दूसरी वाली केशव ठंड च बहुत ज्यादा जम गया है, केशव ठाम गया है। आलो आलो चलो ठीक है, आलो अख ते आलो जुम्मा पता नहीं वीरवार है के जुम्मा जुम्मा पर आ जाए तुम्हारे चंगा भाई। संविधान केशव चार शब्द कहन आ रहा है छब्बीस जनवरी दे बारे कुछ भी नहीं पता है जी। मैं चाहना है की थोड़ा जा मैं चानना पावा 26 जनवरी और दसा सानू की 26 जनवरी नू आंदी है और इस दिन ਇਹ ਬਹੁਤ ਹੀ ਠੰਡ ਦੇ ਵਿੱਚ ਆਉਂਦੀ ਹੈ, ਜਨਵਰੀ ਦਾ ਮਹੀਨਾ ਹੁੰਦਾ ਹੈ ਤੇ ਬੀ ਆਰ ਅੰਬੇਦਕਰ ਸਾਹਿਬ ਨੇ ਕੰਸਟੀਟਿਊਸ਼ਨ ਆਪਣਾ ਚਾਲੂ ਕੀਤਾ ਜੀ, ਬਾਬਾ ਸਾਹਿਬ ਰਾਓ ਅੰਬੇਦਕਰ ਮਾਨ। ਇਹ ਤੇ ਵਿਖਾਉਣ ਫਿਰ ਫਾਲਤੂ ਦੀਆਂ ਗੱਲਾਂ, ਇਹਨਾਂ ਨੂੰ ਕੁਝ ਨਹੀਂ ਆਉਂਦਾ, ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਇਹ ਬਿਲਕੁਲ ਸਟੂਡੈਂਟ ਜਿਹੜੇ ਨੇ ਇਹਨਾਂ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ, ਇਹ ਖੰਦ ਪਾਉਂਦੇ ਨੇ ਆ ਕੇ ਇੱਥੇ ਸਾਡੇ ਦੇਸ਼ ਦੇ ਵਿੱਚ, ਐਸੇ ਤੇ ਸੁਣਾ ਦੇ 26 ਜਨਵਰੀ ਇਹ ਮੁਲਕ ਇਹਨਾਂ ਦੇ ਯੋਗ ਨਹੀਂ ਹੈਗਾ। 26 ਜਨਵਰੀ ਵਾਲਾ ਐਸੇ ਔਰ 26 ਜਨਵਰੀ बाहर धुंध बहुत पड़ी हुई है जिसके कारण कब्जे ने गड्डी च मोटा के लिया धुंध बहुत ही हम तुम विखाने पिछले कैमरे में चल आजा डायलॉग वधिया आ जान बैजा केशव नु पता नहीं है आ की है गुरुद्वारा साहिब अज जन्म दिन है शहीद बाबा दीप सिंह जी का, इतने बड़ा मतलब तगड़ी थां है साढ़े इतने, तो मिलते हैं मन दी मुरादा पूरी होंगी, सारे दी मन दी मुरादा पूरी होंगे, तो साड़ी सारे दी कॉमन मुराद है बाहर जाना जिवें कि कनेडा, तो सांझा ही मुराद मांग के आ गए हूँ, पता नहीं की होंगे नहीं होंगे की साड़ियाँ मुरादियाँ पूरी करो, मुरादियाँ पूरी करो चलो नहीं जिदा कि तुम पता है करो पूड़िया छक के तुरे हाडे बंदे इतने भी लंगर के कोने की जगह मल के बैठे हुए हजे फिर डिकन डे यार हजे फिर डिकन डे कोई आज खवा दे होर इन्हों चीमा नहीं मानता चीमे का मोटिव की सी बाबा दीप सिंह द्वारा
ਹਾਂ ਸੁੱਟਿਆ ਸਾਈਡ ਤੇ ਓਹੋ ਇਹਨੇ ਥੋੜੀ ਹੋਰ ਸੁੱਟ ਦੇਣਾ ਸੀ ਸਾਈਡ ਤੇ ਆ ਜਾ ਸਾਡੇ ਬੰਦੇ ਬੜੇ ਉਹ ਨੇ ਮੋਟੂ ਆ ਸਹਿਵੇ ਚੋ ਮੋਟੂ ਨੂੰ ਕੀ ਪਤਾ ਚਲ ਮੋਟੂ ਨੂੰ ਕੀ ਪਤਾ ਮੋਟੂ ਦਾ ਟਾਇਰ ਪੜਵਾ ਕੇ ਅਰੇ ਆ ਗਿਆ Listen to the latest trending Bollywood songs for free only on Gaana. Download the app now. Bro, ye dada de Bharat Mata ke Jai! Mar ke kyun uth gayi? Ho kyun mute gayi? Mar ke kyun uth gayi? Ho kyun mute gayi? Aaye kanjra to bina dikhi tor si. Chajna da shor si ja kal koi. Lo bhai, apan jaande ha Nainital te je kene Nainital jana hoye ਅਤੇ ਇੱਥੇ ਆ ਕੈਫੇ ਪੈਂਦਾ ਵੱਡਾ ਹਾਊਸ ਕੈਫੇ ਵਿਖਾਉਂਦੇ ਹਾਂ ਤੁਹਾਨੂੰ ਇੱਥੇ ਬੰਦਾ ਜ਼ਰੂਰ ਟਰਾਈ ਕਰੇ ਇੱਕ ਨੰਬਰ ਦਾ ਖਾਸ ਕਰ ਦਿੱਲੀ ਵਾਲੇ ਲੋਕਾਂ ਲਈ ਜਾਂ ਕੋਈ ਵੀ ਜਿਹੜਾ ਬਾਹਰੋਂ ਆਉਂਦਾ ਹੈ ਇੱਥੇ ਟਰਾਈ ਜ਼ਰੂਰ ਕਰੇ ਅਤੇ ਆਪਾਂ ਵੀ ਟਰਾਈ ਕਰਕੇ ਦੱਸਦੇ ਹਾਂ ਕਿਹੜੀ ਚੀਜ਼ ਜ਼ਿਆਦਾ ਵਧੀਆ ਹੈ ਚੀਮਾ ਸਾਹਿਬ ਆ ਜਾਓ ਫਿਰ ਇੱਕ ਵਾਰੀ ਆਪਾਂ ਵਿਖਾ ਦਈਏ ਲਿਆਓ ਮੈਨੂੰ ਵਿਖਾਓ ਆਹ ਪਾਰਕਿੰਗ ਦੀ ਆਹ ਪਾਰਕਿੰਗ ਦੀ ਜਗ੍ਹਾ ਹੈ ਕੋਈ ਦਿੱਕਤ ਨਹੀਂ ਰੋਡ 'ਤੇ ਲਾਓ ਚੀਮਾ ਸਾਹਿਬ ਸਾਡੇ ਜਾ ਰਹੇ ਨੇ ਵੀਡੀਓ ਬਣਾ ਕੇ ਆਹ ਵੇਖੋ ਇੱਦਾਂ ਤੁਹਾਨੂੰ ਰੋਡ 'ਤੇ ਹੀ ਦਿਖ ਜਾਏਗਾ ਇੱਕ ਨੰਬਰ ਦਾ ਮਾਹੌਲ ਹੈ ਹਾਂ ਕਿ ਤੂੰ ਬਿਨ ਦਿਸ ਇਜ਼ ਹਾਊ ਵੀ ਸੈਲੀਬ੍ਰੇਟ ਆਰ ਰਿਪਬਲਿਕ ਡੇ ਹਾਂ ਇਸ ਝੰਡੇ ਕਾ ਸਲੂਟ ਹੈ ਕਿਆ ਗਾਣਾ ਬੜਾ ਤਕੜਾ ਲੱਗ ਭਾਈ ਕੀ ਕਰ ਰਹੇ ਹੋ ਫੋਟੋ ਸ਼ੂਟ ਕਰ ਰਹੇ ਹੋ ਪੋਰਟਰੇਟ ਖਿੱਚੀਆਂ ਇੱਕ ਪੋਰਟਰੇਟ ਮਟ ਹਾਊਸ ਕੈਫੇ ਦੇ ਵਿੱਚ ਸੋਹਣਾ ਵੀਰ ਦਾ ਮਜ਼ਾ ਲੈਂਦੇ ਹੋਏ ਫੋਟੋ ਸ਼ੂਟ ਕਰਦੇ ਹੋਏ ਸਾਡੇ ਵੀਰ 0.5 ਦੀ ਫੋਟੋ ਖਿੱਚ ਰਹੇ ਯਾਰ ਫੋਟੋ ਤੇ ਨਹੀਂ ਪਿਆਰਾ ਕੀ ਖਾਓਗੇ ਮੇਰੀ ਅੱਜ ਤੂੰ ਉਂਗਲੀ ਆ ਗਈ ਯਾਰ ਮੇਰੇ ਲਈ ਲਾਤੇ ਮੰਗਾ ਦੋ ਸਿਰਫ ਲਾਤੇ ਲਾਤੇ ਵਤਨ ਵਤਨ ਮੇਰੇ ਆਬਾਦ ਰਹੇ ਤੂੰ ਮੈਂ ਜਹਾਂ ਰਹੂੰ ਜਹਾਂ ਮੈਂ ਯਾਦ ਰਹੇ ਤੂੰ ਐ ਵਤਨ ਮੇਰੇ ਵਤਨ ਐ ਵਤਨ ਮੇਰੇ ਵਤਨ ਕਰਨ ਬਾਈ ਵੀਡੀਓ ਬਣਾ ਰਹੇ ਮੈਂ ਕੌਫੀ ਪੀ ਰਿਹਾ ਤੇ ਮੈਨੂੰ ਬਿਲਕੁਲ ਇਦਾਂ ਮਹਿਸੂਸ ਹੋ ਰਿਹਾ ਜਿੱਦਾਂ ਮੈਂ ਕੌਫੀ ਵਿਦ ਕਰਨ ਤੇ ਆ ਦੈਟਸ ਮਾਈ ਪੁਆਇੰਟ ਆਫ ਵਿਊ ਹੈਂਡ ਓਵਰ ਟੂ ਮਿਸਟਰ ਗੁਰਤੇਜ ਗੁਰਤੇਜ ਮੈਂ ਕੁਛ ਵੀ ਵਿਚਾਰ ਨਹੀਂ ਰੱਖਣੇ ਚਾਹੁੰਦਾ ਕੋਈ ਵੀ ਆਪਣੇ ਦੋ ਘਟੀਆਂ ਦੀਆਂ ਗੱਲਾਂ ਨਹੀਂ ਚੀਮਾ ਬਾਈ ਗੁਰਤੇਜ ਵਾਰ ਵਾਰ ਕੱਪ ਚੁੱਕਣ ਡਿਆ ਮੈਂ ਦੱਸਣਾ ਚਾਹਾਂਗਾ ਚਾਹ ਨਹੀਂ ਕਿ ਕੌਫੀ ਹੈ ਨਹੀਂ ਕੌਫੀ ਹੈ ਨਹੀਂ ਚਾਹ ਨਹੀਂ ਹੈਂਡ ਓਵਰ ਟੂ ਮਿਸਟਰ ਕੇਸ਼ਵ ਆਪਾਂ ਕੌਫੀ ਬਰਾਊਨ ਸ਼ੂਗਰ ਨਾਲ ਪੀ ਰਹੇ ਆ ਜਿਹੜੀ ਪਤਾ ਨਹੀਂ ਕਿਹੜੀ ਚੀਜ਼ ਤੋਂ ਬਣਦੀ ਹੈ ਪਰ ਫਿਲਟਰ ਘੱਟ ਹੁੰਦੀ ਹੈ ਇਹਨੂੰ ਬਰਾਊਨ ਸ਼ੂਗਰ ਦਾ ਹੀ ਮਜ਼ਾ ਆ ਗਿਆ ਤੇ ਬੱਬਲ ਬਾਈ ਦੇ ਦੋ ਉਪਸ਼ਬਦ ਹਾਏ ਬਸ ਬਸ ਬੱਬਲ ਬਾਈ ਤੁਸੀਂ ਹੱਥ ਕਰਾ ਦਈਏ ਹੁਣ ਮੈਂ ਕਰਨ ਬਾਈਕ ਤੋਂ ਪੁੱਛਾਂਗਾ ਕਰਨ ਬਾਈ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਜ਼ਿੰਦਗੀ ਦੀ ਸਭ ਤੋਂ ਵਧੀਆ ਕੌਫੀ ਪੀ ਲਈ ਹੈ ਹਾਂ ਜਿਹੜੇ ਸਾਰੇ ਹੱਸੋ ਨਾ ਯਾਰ ਹੁਣ ਜਿਹੜੇ ਵੀ ਹੋਏ ਅਬੇ ਬਕਵਾਸ ਨਾ ਚਲੋ ਚਲੋ ਕੰਟੀਨਿਊ ਮੈਂ ਇਹ ਕਹਿਣਾ ਚਾਹੂੰਗਾ ਵੀ ਸਾਰੇ ਇੱਥੇ ਆਓ ਕੌਫੀ ਪੀਓ ਤੇ ਛਲਾਂਗ ਮਾਰ ਦੇ ਥੱਲੇ ਤੇ ਪਹਾੜਾਂ ਨੂੰ ਦੇਖੋ ਜ਼ਿੰਦਗੀ ਦੇ 2 ਮਿੰਟ ਕੱਢ ਕੇ ਆਓ ਮਜ਼ਾ ਆ ਜਾਊਗਾ ਬਟ ਟਾਈਮ ਹੋਣ ਤੇ ਜ਼ਿਆਦਾ ਲੱਗੂਗਾ ਨਾ ਚਲੋ ਚਲੋ ਖਾ ਕੇ ਨਿਕਲੇ ਹਾਂ ਵਧੀਆ ਮਜ਼ਾ ਆ ਗਿਆ ਹੁਣ ਅਸੀਂ ਅੱਗੇ ਚੱਲੇ ਹਾਂ ਟਾਈਮ ਬਹੁਤ ਹੋ ਗਿਆ ਲੇਟ ਬਹੁਤ ਚੱਲਣ ਡਿਆ ਮੁੰਡੇ ਲੜਨ ਡੇ ਨੇ ਪੈਸੇ ਦੇਣ ਨੂੰ ਮੈਂ ਕਿਹਾ ਯਾਰ ਤੁਸੀਂ ਲੜ ਲਓ ਕੀ ਦਿੱਕਤ ਹੈ ਇੱਕ ਹੋਰ ਆ ਗਿਆ ਮੌਕੇ ਦਾ ਫਾਇਦਾ ਚੁੱਕਦਾ ਹੋਏ ਹੁਣ ਬੰਦੇ ਆਹ ਜਿਹੜੀਆਂ ਇਹਨੇ ਕਰਕੇ ਵਿਖਾਈਆਂ ਤੁਹਾਨੂੰ ਦੱਸਣਾ ਚਾਹਾਂਗਾ ਇਹਨੂੰ ਡੱਡੂ ਟਪੂਸੀਆਂ ਕਹਿੰਦੇ ਨੇ ਚੰਗਾ ਹੈ
ਓਏ 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 ਚਿੰਮੇ ਆ ਹਰਕਤਾਂ ਕਰਦਾ ਚੰਗਾ ਲੱਗਣ ਡਿਆ ਹੁਣ ਪੈਣਾ ਹੀ ਅੱਗੇ ਭਾਵੇਂ ਵੱਜ ਜਾਂਦਾ ਚਲੋ ਵੀਰ ਮੈਂ ਅੱਗੇ ਪੈਣਾ ਵਾ ਫੋਨ ਨੂੰ ਓਏ ਯਾਰੀ ਲਾਉਣ ਨੂੰ